ਲਗਭਗ ਖਤਮ ਹੀ ਸੀ। 58 ਲੀਟਰ ਤੇਲ, 58.5 ਲੀਟਰ ਤੇਲ ਗੱਡੀ ਦੇ ਵਿੱਚ ਪੈ ਚੁੱਕਿਆ। ਟੈਂਕੀ ਕਰ ਲਈ ਆਪਾਂ ਫੁੱਲ। ਆਪਾਂ ਪਹੁੰਚ ਚੁੱਕੇ ਹਾਂ ਸੁੰਦਰ ਨਗਰ, ਅਤੇ ਮੰਡੀ ਹੈਗੀ ਆ ਇੱਥੋਂ 24 ਕਿਲੋਮੀਟਰ ਦੂਰ ਆ। ਬਾਹਰ ਡਿੱਗੀ ਜਾਂਦਾ ਜੀਸੀਬੀ ਪਤੰਦਰ ਪਹਿਲੀ ਰੈਡੀ ਕਰੀ ਬੈਠਿਆ ਨਾਲ, ਕਿਆ ਹੋ ਗਈ ਤੇ ਪੰਜਾਬੀ ਵੀਰ ਆਪਣੇ ਹੈਲਪ ਕਰੀ ਜਾਂਦੇ ਆ, ਦੇਖ ਸਕਦੇ ਹੋ ਤੇ ਗੱਡੀ ਟੋ ਕਰਨ ਵਾਸਤੇ ਹੈਗਾ ਟਰੱਕ, ਅਤੇ ਹੈਲਪ ਕਰਕੇ ਚੜ੍ਹੀ ਜਾਂਦੇ ਆ ਉੱਤੇ। ਛੋਟੇ ਭਰਾ ਦੀ ਗੇਮ ਪਈ ਸੀ ਅਤੇ ਆਪਾਂ ਮਿੱਤਰ ਮੱਥਾ ਟੇਕਣ ਗਏ ਸੀ, ਲੰਗਰ ਛਕਣ ਗਏ ਸੀ, ਅਤੇ ਜੱਟ ਦੀਆਂ ਚੱਪਲਾਂ ਲੈ ਗਿਆ ਵੀ ਜਾ ਕੇ ਗੈਪ ਕਰਕੇ ਲੈ ਗਿਆ, ਚੱਪਲਾਂ ਚੋਰੀ ਹੋ ਗਈਆਂ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਆਪਣੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ, ਅਤੇ ਆਪਾਂ ਮਿੱਤਰੋ ਚੱਲੇ ਹਾਂ ਮਣੀਕਰਨ ਸਾਹਿਬ। ਸੁਣੋ, ਰਿਵੀਲ ਕਰਿਆ ਸੀ ਵੀ ਆਪਾਂ ਚੱਲਾਂਗੇ ਪਹਾੜਾਂ ਵੱਲ, ਹੈ ਨਾ, ਸੰਗਲ ਵਾਲਾ ਪ੍ਰੋਗਰਾਮ ਤਾਂ ਕੈਂਸਲ ਹੋ ਗਿਆ। ਮੇਰੇ ਨਾਲ ਦਾ ਜਿਹੜਾ ਮਿੱਤਰ ਸੀਗਾ ਉਹਨੂੰ ਕੰਮ ਧੰਦੇ ਪੈ ਗਏ ਇੱਕ ਦੋ ਕੁ, ਤਾਂ ਕਰਕੇ ਹੋਲੀ ਕੈਂਸਲ ਹੋ ਗਈ, ਹੈ ਨਾ, ਸਾਡੀ ਇੱਕ ਮੈਂ ਬੀਜੀ ਸੀ 24 ਤਰੀਕ ਨੂੰ, ਤਾਂ ਕਰਕੇ ਨਾ ਅੜ ਗਿਆ ਕੰਮ। ਅੱਜ ਪੂਰੀ ਫੈਮਲੀ ਦੇ ਨਾਲ ਆਪਾਂ ਚੱਲਿਆ ਮਣੀਕਰਨ ਸਾਹਿਬ ਮੱਥਾ ਟੇਕਣ ਦੇ ਲਈ, ਅਤੇ ਇੱਧਰ ਝੋਟਾ ਦੇਖ ਸਕਦੇ ਮਿੱਤਰੋ, ਕਰ ਲਿਆ ਤਿਆਰ ਪੂਰਾ, ਜਿਵੇਂ ਕਹੀਏ ਤੜਕੇ ਪਹਿਲਾਂ ਘੰਟਾ ਏ ਸੀ ਤੀ ਲੱਗਿਆ ਗੱਲਾਂ, ਅਤੇ ਇੱਧਰ ਪਿੱਦੀ ਸਾਡਾ ਪਹਿਲੀ ਵਿੱਚ ਵੜ ਕੇ ਬਹਿ ਗਿਆ ਦੇਖ ਸਕਦੇ ਹੋ, ਅਤੇ ਹੁਣ ਹੋ ਚੁੱਕੀਆਂ ਲਗਭਗ ਰੈਡੀ ਸਮਾਨ ਸਮੂਨ ਨਾਲ, ਜਿਵੇਂ ਕਿਹੜੀ ਗੱਡੀ ਕਰ ਲਈ ਫੁੱਲ, ਅਤੇ ਬੈਕ ਸਾਈਡ ਦੇ ਜਿਹੜਾ ਆਪਾਂ ਉਦੋਂ ਲੋਗੋ ਕਢਾ ਕੇ ਲਿਆਂਦਾ ਸੀਗਾ, ਲੈ ਵੀ ਮਿੱਤਰ ਦੇਖ ਸਕਦੇ ਹੋ ਲੋਗੋ, ਦੱਸੋ ਕਿਹਾ ਕਿਵੇਂ ਲੱਗਦਾ ਲੋਗੋ, ਲੋਗੋ ਲਾ ਕੇ ਕਰਕੇ ਫਿੱਟ ਪ੍ਰੋਗਰਾਮ, ਅਤੇ ਹੁਣ ਪਾਉਣ ਲੱਗਿਆਂ ਚਾਲੇ। ਪਹੁੰਚ ਚੁੱਕਿਆ ਕੀਰਤਪੁਰ ਸਾਹਿਬ, ਅਤੇ ਤੇਲ ਆਪਣੀ ਟੈਂਕੀ ਸੀ ਅੱਧੀ ਜਦੋਂ ਤੁਰਿਆ, ਅਤੇ ਵੀਰ ਕੋਲੋਂ ਟੈਂਕੀ ਕਰਾ ਰਹੇ ਹਾਂ ਫੁੱਲ, ਇੱਧਰ ਦੇਖ ਸਕਦੇ ਮੀਟਰ ਘੁੰਮੀ ਜਾਂਦਾ, ਕਿੰਨਾ ਪੈ ਜਾਂਦਾ ਉਹਦੇ 'ਚ, ਹਾਂਜੀ ਕਿੰਨਾ ਪੈ ਜਾਂਦਾ, 65 ਲੀਟਰ ਪੈਂਦਾ ਇੱਥੇ, ਕੁਛ ਕੁ ਸੀਗਾ ਚਲੇ ਜੀ ਮਿੱਤਰੋ, ਅਤੇ ਤੁਰੁਪ ਵਾਲ ਆ ਇੱਧਰ ਸਾਈਡ, ਪਹਾੜ ਪਹੂੜ ਦੇਖ ਸਕਦੇ ਹੋ ਤੁਸੀਂ, ਪਹਾੜਾਂ ਪਹੂੜਾਂ ਵਾਲਾ ਮਾਹੌਲ ਹੋ ਗਿਆ ਜਮਾਂ ਇੱਕ ਨੰਬਰ, ਅਤੇ ਭੁੱਖ ਬਹੁਤ ਲੱਗੀ ਪਈ ਆ, ਲੰਗਰ ਰਾਹ ਦੇ ਵਿੱਚ ਰੋਕੀ ਨਹੀਂ, ਅਤੇ ਹੁਣ ਇਦੂ ਬਾਅਦ ਦੇ ਵਿੱਚ ਅੱਗੇ ਹੋਟਲ 'ਤੇ ਰੋਕ ਕੇ ਰੋਟੀਆਂ ਰੋਟੀਆਂ ਛਕਦੇ ਹਾਂ, ਇਦੂ ਬਾਅਦ ਦੇ ਵਿੱਚ ਖੜ ਕੇ ਪਰੌਂਠੇ ਪਰੌਂਠੇ ਛਾ ਕੇ, ਅਤੇ ਪਹਿਲੀ ਸਟੇਅ ਕਰਾਂਗੇ ਮੰਡੀ, ਮੰਡੀ ਜਾ ਕੇ ਸਟੇਅ ਕਰਾਂਗੇ, ਅਤੇ ਗੱਡੀ ਆਪਣੀ ਜਮਾਂ ਇੱਕ ਨੰਬਰ ਚੱਲ ਰਹੀ ਆ, ਅਤੇ ਬਾਕੀ ਏ ਸੀ ਚੱਲੀ ਜਾਂਦਾ, ਦੇਖੋ ਪਾਣੀ ਜਿਹਾ ਸੱਟੀ ਜਾਂਦੀ ਆ, ਅਤੇ ਹੁਣ ਮਿਲਦੇ ਹਾਂ ਮਿੱਤਰੋ ਤੁਹਾਨੂੰ ਉੱਪਰ। ਤੇਲ ਲਗਭਗ ਖਤਮ ਹੀ ਸੀ, 58 ਲੀਟਰ ਤੇਲ, 58.5 ਲੀਟਰ ਤੇਲ ਗੱਡੀ ਦੇ ਵਿੱਚ ਪੈ ਚੁੱਕਿਆ। ਟੈਂਕੀ ਕਰ ਲਈ ਆਪਾਂ ਫੁੱਲ, ਹੁਣ ਇੱਥੋਂ ਪਾਉਣੇ ਹੈਗੇ ਚਾਲੇ, ਅਤੇ ਆਹ ਦੱਸੋ ਪਹਿਲਾਂ ਕਿਵੇਂ ਲੱਗ ਰਿਹਾ ਲਿਖਿਆ ਮਿੱਤਰੋ, ਰੱਖਿਆ ਕਰੇ ਕਾਲ ਮੱਝੀ ਸੂਈ ਤਾਂ, ਹਾਂ ਕਰ ਲਈ ਕਿਹੜਾ ਕ੍ਰਿਸ਼ਨਾ। ਮਿੱਤਰੋ ਪਹੁੰਚ ਚੁੱਕਿਆ ਹੋਟਲ 'ਤੇ, ਅਤੇ ਰਸਤੇ ਦੇ ਵਿੱਚ ਤੁਹਾਨੂੰ ਦੱਸਿਆ ਵੀ ਕੁਛ ਨਹੀਂ ਖਾਧਾ, ਅਤੇ ਹੋਟਲ ਦੇ ਉੱਤੇ ਕੋਈ ਨਾ ਕੋਈ ਛੱਕ ਸੁੱਕ ਕੇ ਇਦੂ ਬਾਅਦ 'ਚ ਵਧਾਂਗੇ ਅੱਗੇ, ਅਤੇ ਜਹਾਜ਼ ਲਾ ਤਾ ਤੁਸੀਂ ਦੇਖ ਸਕਦੇ ਹੋ, ਝੋਟਾ ਕਰਤਾ ਜਿਵੇਂ ਕਹਿੰਦੇ ਹੁੰਦੇ ਆ ਪਾਰਕ, ਅਤੇ ਹੁਣ ਰੋਟੀ ਰੋਟੀ ਖਾ ਕੇ ਇਦੂ ਬਾਅਦ ਚੱਲਦੇ ਹਾਂ ਅੱਗੇ। ਮਿੱਤਰੋ ਕਹਿੰਦੇ ਆਲੂ ਵਾਲੇ ਦੋ ਦੋ ਪਰੌਂਠੇ ਭੰਨ ਕੇ, ਨਾ ਯਾਰ ਕਿਹੜਾ ਹਰਨ ਮਰੀ ਜਾਂਦਾ, ਆਲੂ ਵਾਲੇ ਦੋ ਦੋ ਪਰੌਂਠੇ ਭੰਨ ਕੇ ਹੋ ਚੁੱਕੇ ਆ ਵਿਹਲੇ, ਅਤੇ ਹੁਣ ਕਹਿੰਦੇ ਘਰ ਦੀ ਚਾਹ ਪੀਣੀ ਆ, ਇਹ ਦੁਕਾਨ 'ਚ ਪਹਿਲੀ ਸਮੋਸੇ ਭਰ ਕੇ ਲੈ ਗਏ ਸੀ ਨਾਲ, ਬਸ 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 ਇੰਨੀ ਕੀ ਆ ਥੋੜ੍ਹੀ ਜਿਹੀ। ਆਪਾਂ ਪਹੁੰਚ ਚੁੱਕੇ ਹਾਂ ਸੁੰਦਰ ਨਗਰ, ਅਤੇ ਮੰਡੀ ਹੈਗੀ ਆ ਇੱਥੋਂ 24 ਕਿਲੋਮੀਟਰ ਦੂਰ ਆ, ਅਤੇ ਮੰਡੀ ਕਰਾਂਗੇ ਮਾੜਾ ਜਿਹਾ ਟਾਈਮ ਸਟੇ, ਉਦੋਂ ਬਾਅਦ ਦੇ ਵਿੱਚ ਚੱਲਾਂਗੇ ਅੱਗੇ, ਅਤੇ ਸੁੰਦਰ ਨਗਰ ਦੇਖੋ ਕਰਾ ਕਿਵੇਂ ਆ। ਮਤਲਬ ਗੁਰੂ ਘਰ ਲੰਗਰ ਛਕ ਲਿਆ ਆਪਾਂ, ਮੰਡੀ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀ ਉਸ ਟਾਈਮ, ਚਾਹ ਚੂਹ ਪੀ ਕੇ ਲੰਗਰ ਲੁੰਗਰ ਛਕ ਕੇ, ਅਤੇ ਹੁਣ ਜਿਹੜੀ ਅੱਗੇ ਦੀ ਯਾਤਰਾ ਗਈ ਉਹ ਲੱਗਿਆ ਆਰੰਭ ਕਰਨਾ, ਅਤੇ ਇੱਧਰ ਗਰੜੀ ਘਰ ਆ ਜੀ, ਅਤੇ ਇਹਦੇ ਤੁਹਾਨੂੰ ਸ਼ੋਟ ਅਪ ਵਿੱਚ ਲਾ ਦਾਂਗੇ, ਦੇਖ ਸਕਦੇ ਹੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬੰਦੂਕ, ਅਤੇ ਬਰੂਦ ਵਾਲੀ ਜਿਹੜੀ ਕੋਪੀ ਆ ਉਹ,
ਲਗਭਗ ਸਾਰਾ ਕੁਛ ਇੱਥੇ ਮੌਜੂਦ ਹੈਗਾ। ਅਤੇ ਆ ਗਈਆਂ ਆਪਣੀਆਂ ਚੱਪਲਾਂ, ਆਪ ਹੋ ਗਿਆ ਆਪਾਂ ਹੋ ਗਏ ਫਿੱਟ, ਅਤੇ ਇੱਧਰ ਆਪਣਾ ਉਹ ਖੜਾ ਮਿੱਤਰੋ ਝੋਟਾ, ਟਾਇਰ ਜੇ ਮੋੜ ਕੇ ਖੜਾ ਗਏ ਸੀ ਆਪਾਂ, ਅਤੇ ਹੁਣ ਇੱਥੋਂ ਪਾ ਲਏ ਆਪਾਂ ਚੱਲਦੇ, ਅਤੇ ਹੁਣ ਚੱਲਦੇ ਹਾਂ ਮਿੱਤਰੋ ਆਪਾਂ ਅੱਗੇ ਅਤੇ ਮਣੀਕਰਨ ਸਾਹਿਬ ਜਾਣਾ। ਅਤੇ ਇੱਥੋਂ ਲਗਭਗ ਜੇ ਆਪਾਂ ਬਾਟ ਦੀ ਗੱਲ ਕਰੀਏ ਤਾਂ ਇੱਥੋਂ 95 ਕਿਲੋਮੀਟਰ ਬਾਟ ਹੈ ਜੀ, ਅਤੇ ਇਧਰਲੀ ਸਾਈਡ ਸਰਾਂ ਬਣੀ ਹੋਈ ਆ, ਕੁਛ ਵੀਰ ਇੱਥੇ ਠਹਿਰ ਵੀ ਜਾਂਦੇ ਆ, ਅਤੇ ਬਾਕੀ ਜਿੰਨੇ ਸ਼ਰਧਾਲੂ ਆ ਹੈ ਨਾ ਉਹ ਦੇਖ ਸਕਦੇ ਹੋ, ਝੰਡੇ ਝੁੰਡੇ ਵੀਰ ਮੋਟਰਸਾਈਕਲਾਂ 'ਤੇ ਬਹੁਤ ਆਏ ਨੇ ਇੱਥੇ। ਅਤੇ ਬਾਬੇ ਦੇ ਆਪਾਂ ਨਤਮਸਤਕ ਹੋ ਕੇ ਹੈ ਨਾ ਮੱਥਾ ਮੁੱਥਾ ਟੇਕ ਲਿਆ, ਅਤੇ ਹੁਣ ਇੱਥੇ ਪਾਉਣੇ ਆ ਚਾਲੇ, ਅਤੇ ਮਣੀਕਰਨ ਸਾਹਿਬ ਦਿਖਾਵਾਂਗੇ। ਅਤੇ ਕਾਹ ਬਈ ਕੋਈ ਸਪਲੈਂਡਰ 'ਤੇ ਆ PV02 ਨੰਬਰ, ਇੱਧਰ ਖਾਲਸੇ ਵਰਗੇ ਇੱਧਰ ਬੈਠੇ ਗੱਲਾਂ ਮਰੀ ਜਾਂਦੇ ਆ, ਹੁਣ ਪਾਉਣੇ ਆ ਜਾਲੇ ਮਿੱਤਰ ਇੱਥੇ। ਕਿਆ ਹੋ ਗਈ ਅਤੇ ਪੰਜਾਬੀ ਵੀਰ ਆਪਣੇ ਹੈਲਪ ਕਰੀ ਜਾਂਦੇ ਆ, ਦੇਖ ਸਕਦੇ ਹੋ ਅਤੇ ਗੱਡੀ ਟੋ ਕਰਨ ਵਾਸਤੇ ਹੈਗਾ ਟਰੱਕ, ਅਤੇ ਹੈਲਪ ਕਰਕੇ ਚੜ੍ਹੀ ਜਾਂਦੇ ਆ ਉੱਤੇ। ਅਤੇ ਮਿੱਤਰੋ ਦੇਖ ਸਕਦੇ ਇੱਧਰ ਝੰਡੀ ਵਾਲੇ ਯਾਰ ਨੇ ਸਾਨੂੰ ਰਾਹ ਦੇ ਵਿੱਚ ਹੀ ਰੋਕ ਲਿਆ, ਅਤੇ ਉੱਧਰਲੇ ਪਾਸੇ ਲੈਂਡ ਸਲਾਈਡ ਹੋਈ ਜਾਂਦੀ ਆ ਪੂਰੀ ਭੈੜੀ, ਬਾਹਰ ਡਿੱਗੀ ਜਾਂਦਾ, ਦੇਖੋ ਰੇਤਾ ਰਾਵਾ ਤਾਂ ਉਦੋਂ ਉਦੋਂ ਬਾਅਦ ਦੇ ਵਿੱਚ ਇੱਧਰ GCB ਪਤੰਦਰ ਪਹਿਲੀ ਰੈਡੀ ਕਰੀ ਬੈਠਿਆ ਨਾਲ ਲਿਜਾਣ ਵਾਸਤੇ, ਅਤੇ ਸਾਰਾ ਟਰੈਫਿਕ ਸਾਰੇ ਦਾ ਸਾਰਾ ਦੇਖ ਸਕਦੇ ਰੁਕ ਗਿਆ, ਅਤੇ ਆਪਣੇ ਪਿੱਛੇ ਬਾਈਕਰ ਵੀ ਖੜ੍ਹੇ ਨੇ, ਉਹ ਕਰਤਾ ਇੱਧਰ ਧੂੰਆਂ ਧਾਰ। ਰੋਡ ਸੀਗਾ ਖਰਾਬ, ਅਤੇ ਇੱਧਰਲੇ ਪਾਸੇ ਦੇਖ ਸਕਦੇ ਹੋ ਆਫ ਰੋਡ ਵਾਲਾ ਸੁਭਾਅ ਚੱਲ ਪਿਆ, ਹੁਣ ਆ ਜਾਂਦੀਆਂ ਗੱਡੀਆਂ। ਬਾਕੀ ਵਿਊ ਬਹੁਤ ਕੱਬਾ ਰਿਹਾ ਇੱਥੇ। ਅਤੇ ਮਿੱਤਰ ਰਾਹ ਦੇ ਵਿੱਚ ਕਰੀ ਸੀ ਸਟੇਅ, ਅਤੇ ਆਪਾਂ ਪਾਪਕੋਰਨ ਇੰਜੋਏ ਕਰ ਰਹੇ ਹਾਂ, ਅਤੇ ਕੁੱਦੀ ਮੇਰੇ ਪਾਪਕੋਰਨ 'ਤੇ ਹਮਲਾ ਕਰਨ ਦੀ ਤਿਆਰੀ 'ਚ। ਅਤੇ ਪਾਪਕੋਰਨ ਕਰਨ ਲੱਗ ਗਏ ਆਪਾਂ ਪੂਰਾ ਇੰਜੋਏ, ਅਤੇ ਗੱਡੀ ਆਪਾਂ ਖੜਾ ਦੀ, ਅਤੇ ਡਾਟਾ ਕੇਬਲ ਨਹੀਂ ਲੈ ਕੇ ਆਏ, ਅਤੇ ਬਾਈ ਕਹਿੰਦਾ ਡਾਟਾ ਕੇਬਲ ਘਰੇ ਪਾਉਣਾ ਨਹੀਂ, ਡਾਟਾ ਕੇਬਲ ਲਗਾਈਗਾ, ਡਾਟਾ ਕੇਬਲ ਇੱਥੋਂ ਲੈ ਕੇ ਤੋਂ ਬਾਅਦ ਚਾਰਜ ਦਾ ਪ੍ਰਬੰਧ ਜਾਣ ਮਿਲ ਰਿਹਾ ਮਣੀਕਰਨ ਇੱਥੋਂ ਰਹਿ ਗਿਆ ਮਿੱਤਰੋ 35 ਕਿਲੋਮੀਟਰ ਰਹਿ ਗਿਆ, ਤਾਂ ਮੇਰੀ ਫੇਵਰੇਟ ਚੀਜ਼ ਹੈ। ਮਿੱਤਰੋ ਇੱਥੋਂ ਆਪਾਂ ਚੱਲ ਪਏ, ਅਤੇ ਪਲੱਸ ਪੁਆਇੰਟ ਇਹ ਆਪਾਂ ਨੂੰ ਡਾਟਾ ਕੇਬਲ ਵੀ ਮਿਲ ਗਈ, ਰੁਕੇ ਹੋਰ ਕੰਮ ਸੀ, ਅਤੇ ਜਿਵੇਂ ਕਹਿ ਦਈਏ ਇੱਕ ਤਿਕੜ ਦੇ ਨਾਲ ਕਈ ਸ਼ਿਕਾਰ ਹੋ ਗਏ, ਅਤੇ ਕੇਲੇ ਵੀ ਲੈ ਲਏ। ਅਤੇ ਵੈਦਰ ਦੇਖੋ ਮੂਹਰੇ ਕਿੰਨਾ ਐਕਸਟ੍ਰੀਮ ਆ, ਅਤੇ ਪਹਾੜ, ਅਤੇ ਉਹ ਬਰਫ਼ ਦਾ ਪਹਾੜ ਦੇਖੋ, ਜਿਹਨੂੰ ਕੈਮਰੇ 'ਚ ਦੀਂਦਾ ਹੋਵੇ ਉਹ ਪਰੇ ਬਰਫ਼ ਵਾਲਾ ਪਹਾੜ ਆ ਗਿਆ। ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਮਣੀਕਰਨ ਸਾਹਿਬ, ਅਤੇ ਝੋਟਾ ਆਪਾਂ ਕਰਤਾ ਜਮਾਂ TC ਦੇ ਪਾਰਕ, ਅਤੇ ਹੁਣ ਆਪਾਂ ਜਾ ਰਹੇ ਹਾਂ ਥੱਲੇ 'ਚ, ਬੈਗ ਬੂਗ ਸਾਰੇ ਲਾ ਤੇ ਸੀ ਥੱਲੇ, ਮੈਂ ਤਾਂ ਦੇਖਦੇ ਤੁਰਦਾ ਕਿਤੇ ਗਲ ਭਰਨੇ ਹੋ ਗਏ ਵਿਚਾਲੇ ਨਾ ਵਗ ਜਾ। ਅਤੇ ਮਣੀਕਰਨ ਸਾਹਿਬ ਪਹੁੰਚ ਚੁੱਕੇ ਹਾਂ, ਇੱਧਰ ਦੇਖ ਸਕਦੇ ਹੋ ਗੱਡੀਆਂ ਖੜੀਆਂ, ਅਤੇ ਪਾਰਕਿੰਗ ਦੇ ਵਿੱਚੋਂ ਮੈਂ ਥੱਲੇ ਉਤਰ ਜਾਂਦਾ, ਅਤੇ ਲੌਕ ਲੂਕ ਕਰਕੇ ਝੋਟਾ ਆਪਾਂ ਹੁਣ ਮੱਥਾ ਮੁੱਥਾ ਟੇਕਾਂਗੇ। ਅਤੇ ਜਿਹੜੇ ਵੀਰ ਆਪਣੇ ਨਾਲ ਐਂਡ ਤੱਕ ਬਲੌਗ ਦੇਖੀ ਜਾਂਦੇ ਹਨ, ਚੈਨਲ ਸਬਸਕ੍ਰਾਈਬ ਕਰ ਲਓ, ਪੇਜ ਨੂੰ ਕਰ ਲਓ ਫੋਲੋ, ਅਤੇ ਬਲੌਗ ਆ ਆਪਣਾ ਕੱਲ੍ਹ ਦਾ ਆਊਗਾ ਅਤੇ ਅੱਜ ਦਾ ਬਲੌਗ ਦੱਸਿਓ ਕਿਵੇਂ ਲੱਗਿਆ ਕਮੈਂਟ ਕਰਕੇ। ਨਹੀਂ ਮਿੱਤਰੋ ਲੰਗਰ ਲੁੰਗਰ ਆਪਾਂ ਛੱਡ ਲਿਆ, ਅਤੇ ਹੁਣ ਹੋ ਚੁੱਕੇ ਹਾਂ ਵਿਹਲੇ, ਵੀ ਆਪਾਂ ਲੰਗਰ ਆ ਗਿਆ ਜੀ ਸ਼੍ਰੀ ਮਣੀਕਰਨ ਸਾਹਿਬ, ਅਤੇ ਇੱਕ ਹੋਰ ਵੱਡੇ ਭਰਾ ਦੀ ਗੇਮ ਪਈ ਗਈ, ਅਤੇ ਆਪਾਂ ਮਿੱਤਰੋ ਮੱਥਾ ਟੇਕਣ ਗਏ ਸੀ, ਲੰਗਰ ਛਕਣ ਗਏ ਸੀ, ਅਤੇ ਜੱਟ ਦੀਆਂ ਚੱਪਲਾਂ ਲੈ ਗਿਆ ਵੀ ਜਾ ਕੇ ਗੈਪ ਕਰਕੇ ਲੈ ਗਿਆ, ਚੱਪਲਾਂ ਚੋਰੀ ਹੋ ਗਈਆਂ। ਅਤੇ ਆਹ ਜਿਹੜੀ ਨੁਆਇਸ ਵਿੱਚ ਮਾੜੀ ਮਾੜੀ ਤੁਹਾਨੂੰ ਹੈ ਨਾ ਸੁਣਾਈ ਦੀ ਜਾਂਦੀ ਆ, ਅਤੇ ਆਹ ਜਿਹੜੀ ਚਾਲ ਦੀ ਰਿਵਰ ਲੰਘਦੀ ਆ ਉਹਦੀ ਹੈਗੀ, ਵੈਸੇ ਕੁਦਰਤ ਦੇ ਨਜ਼ਾਰੇ ਦੇਖੋ ਹੈ ਨਾ, ਆਹ ਸਰੋਵਰ ਆ ਜਿਹੜਾ, ਇਹਦੇ ਵਿੱਚ ਮਿੱਤਰੋ ਪੂਰਾ ਗਰਮ ਪਾਣੀ ਆ, ਭਾਪਾ ਨਿਕਲਦੀਆਂ ਵੀ ਤੁਹਾਨੂੰ ਕੈਮਰੇ 'ਚ ਵੀ ਦਿਸ ਜਾਂਦੀਆਂ ਹੋਣਗੀਆਂ, ਉੱਧਰਲੀ ਸਾਈਡ ਆ ਜਿਹੜਾ ਉਹਦੇ 'ਚ ਇੰਨਾ ਠੰਡਾ ਪਾਣੀ ਹੈ ਨਾ, ਜਿਵੇਂ ਕਹਿੰਦੇ ਹੁੰਦੇ ਆ ਮੇਰੇ ਤੁਹਾਨੂੰ ਦੀਂਦੇ ਹੋਣਗੇ ਲੂੰ ਕੰਡਾ, ਜਿਵੇਂ ਕਹਿੰਦੇ ਪੰਜਾਬੀ 'ਚ ਸੁੱਧ 'ਚ ਖੜ੍ਹਾ ਹੋਇਆ ਪਿਆ,
ਤੇ ਅੱਜ ਦੇ ਬਲੌਗ ਨੂੰ ਮਿੱਤਰੋ ਕਰਦੇ ਹਾਂ ਇੱਥੇ ਖਤਮ। ਅਤੇ ਬਲੌਗ ਜੇ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਫੇਸਬੁੱਕ 'ਤੇ ਇਹਨੂੰ ਕਰ ਦਿਓ ਫੋਲੋ, ਅਤੇ ਘੈਂਟ ਘੈਂਟ ਬਲੌਗ ਨੂੰ ਤੁਹਾਡੇ ਵੱਲ ਲੈ ਕੇ ਆਉਂਦੇ ਰਹਾਂਗੇ। ਸੋ ਓਕੇ।